ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਭ ਦਾ ਸਾਡੇ ਚੈਨਲ 'ਤੇ। ਅਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਵੀਰਾਂ ਦੀ ਲੈ ਕੇ ਆਇਆ, ਜਿਨ੍ਹਾਂ ਵੀਰਾਂ ਨੇ ਕਮੈਂਟ ਕੀਤੇ ਸਨ ਕਿ 4 ਮੀਟਰ ਦਾ ਪਰਨਾ ਲੈ ਕੇ ਆਓ, ਅੱਜ ਉਹਨਾਂ ਦੀ ਵੀਡੀਓ ਲੈ ਕੇ ਆਇਆ। ਉਮੀਦ ਹੈ ਵੀਡੀਓ ਵਧੀਆ ਲੱਗੂਗੀ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਪਹਿਲਾ ਲੜ ਦੇਖ ਸਕਦੇ ਤੁਸੀਂ ਕਿਸ ਤਰੀਕੇ ਨਾਲ ਲਗਾਇਆ ਆਪਾਂ ਨੇ। ਵੱਟ ਜਿਹੜੇ ਨੇ ਬਿਲਕੁਲ ਆਪਾਂ ਨੇ ਹਲਕੇ ਹਲਕੇ ਕ੍ਰੀਏਟ ਕਰਨੇ, ਜਿੱਦਾਂ ਦੇ ਵੱਟ ਕ੍ਰੀਏਟ ਹੁੰਦੇ ਉੱਦਾਂ ਦੇ ਕਰ ਸਕਦੇ ਹਾਂ। ਆਪਾਂ ਜ਼ਿਆਦਾ ਮਿਹਨਤ ਨਹੀਂ ਕਰਨੀ ਕਿਉਂਕਿ ਆਪਣਾ ਇਹ ਸਿੰਪਲੀ ਪਰਨਾ, ਤਾਂ ਆਪਾਂ ਪਰਨੇ ਵਿੱਚ ਜ਼ਿਆਦਾ ਮਿਹਨਤ ਨਹੀਂ ਕਰਾਂਗੇ। ਬਟ ਫਿਰ ਵੀ ਤੁਸੀਂ ਸਟੈਪ ਜਿਹੜੇ ਮੇਨ ਜਿਹੜੇ ਧਿਆਨ ਵਿੱਚ ਜ਼ਰੂਰ ਰੱਖਿਓ। 3.5 ਮਿੰਟ ਦੀ ਵੀਡੀਓ ਹੈ, ਪਲੀਜ਼ ਐਂਡ ਤੱਕ ਜ਼ਰੂਰ ਦੇਖਿਓ। ਦੂਜਾ ਲੜ ਜਿਹੜਾ ਆਪਾਂ ਕਿੱਦਾਂ ਲੈਣਾ, ਪਹਿਲਾਂ ਆਪਾਂ ਲੜ ਨੂੰ ਪੂਰਾ ਖੋਲ ਲੈਣਾ, ਫਿਰ ਉਸ ਤੋਂ ਬਾਅਦ ਪਿੰਚ ਕਰਕੇ ਥੱਲੇ ਵੱਲੋਂ ਲੜ ਕ੍ਰੀਏਟ ਕਰਨੇ ਆ, ਅਤੇ ਉਸ ਤੋਂ ਬਾਅਦ ਬੈਕ ਸਾਈਡ ਤੋਂ ਜਿਹੜਾ ਲੜ ਫੋਲਡ ਕਰ ਲੈਣਾ। ਹੁਣ ਜਿਵੇਂ ਤੁਹਾਨੂੰ ਦਿਖਾਵਾਂਗੇ, ਬੈਕ ਸਾਈਡ ਤੋਂ ਲੜ ਫੋਲਡ ਕਰ ਲੈਣਾ, ਅਤੇ ਜਿਹੜਾ ਉੱਪਰ ਸੈਂਟਰ ਵਿੱਚ ਜੂੜ ਹੈ ਉਹ ਆਪਾਂ ਸਾਈਡ ਵਿੱਚ ਐਡਜਸਟ ਵੀ ਕਰ ਸਕਦੇ ਹਾਂ ਨੈਕਸਟ ਲੜ ਵਿੱਚ ਕਰਾਂਗੇ। ਹੁਣ ਪਿੱਛੋਂ ਦੀ ਹਲਕਾ ਬੈਂਡ ਕਰ ਲੈਣਾ ਲੜ ਨੂੰ। ਅਤੇ ਉਮੀਦ ਅੱਜ ਦੀ ਵੀਡੀਓ ਤੁਹਾਨੂੰ ਸਭ ਨੂੰ ਪਸੰਦ ਆਊਗੀ। ਵੀਡੀਓ ਥੋੜ੍ਹੀ ਛੋਟੀ ਰੱਖੀ ਹੈ ਕਿਉਂਕਿ ਜ਼ਿਆਦਾ ਵੱਡੀ ਵੀਡੀਓ ਪਰਨੇ ਦੀ ਵਧੀਆ ਨਹੀਂ ਲੱਗਦੀ, ਅਤੇ ਪਰਨਾ ਅਸੀਂ ਛੇਤੀ ਬੰਨਣਾ ਚਾਹੁੰਦੇ ਹਾਂ ਤਾਂ ਥੋੜ੍ਹੀ ਫਾਸਟ ਵੀਡੀਓ ਰੱਖੀ ਹੈ, ਪਹਿਣਾ ਹੀ ਫਾਸਟ ਬੰਨਿਆ ਪਰਨਾ। ਹੁਣ ਆਪਾਂ ਤੀਜੇ ਲੜ 'ਚ ਵੱਟ ਦੇਖ ਸਕਦੇ ਕਿੱਦਾਂ ਕ੍ਰੀਏਟ ਕਰਨੇ ਆ। ਸਿੰਪਲੀ ਪਰਨਾ ਜਿਹੜਾ ਤੁਸੀਂ ਹਰ ਇੱਕ ਵੀਰ ਸਜਾ ਸਕਦਾ, ਇਹ 4 ਮੀਟਰ ਕੋਈ ਜ਼ਿਆਦਾ ਵੱਡਾ ਪਰਨਾ ਵੀ ਨਹੀਂ ਹੈ, ਬਹੁਤ ਮਤਲਬ ਵਧੀਆ ਪਰਨਾ ਜੇ ਤੁਸੀਂ ਬੰਨਣਾ ਚਾਹੁੰਦੇ ਹੋ ਤੁਹਾਡੇ ਫੇਸ ਦੇ ਅਕੋਰਡਿੰਗ। 4 ਮੀਟਰ ਦਾ ਪਰਨਾ ਬਹੁਤ ਵਧੀਆ ਬੰਨਿਆ ਜਾਂਦਾ। ਪਹਿਲਾਂ 3.5 ਮੀਟਰ ਦੀ ਵੀ ਮੈਂ ਵੀਡੀਓਜ਼ ਪਾਈਆਂ ਨੇ, ਬਟ ਹੁਣ ਆਪਾਂ 4 ਮੀਟਰ ਦੀ ਲੈ ਕੇ ਆਏ ਹਾਂ। 4 ਮੀਟਰ ਦੀ ਪਹਿਲਾਂ ਕਦੀ ਅਪਲੋਡ ਨਹੀਂ ਕੀਤੀ। 3rd ਦਾੜ ਵੀ ਤੁਸੀਂ ਦੇਖ ਸਕਦੇ ਕਿੱਦਾਂ ਆਪਾਂ ਨੇ ਵਧੀਆ ਤਰੀਕੇ ਨਾਲ ਲਗਾ ਲਿਆ, ਸੈਂਟਰ ਵਿੱਚ ਜੂੜਾ ਸੀ ਜਿਹੜਾ ਉਹ ਸਾਈਡ ਵਿੱਚ ਐਡਜਸਟ ਕਰ ਲਿਆ, ਆਪਣੇ ਬੇਸ ਦੇ ਤੌਰ 'ਤੇ ਕੰਮ ਆ ਗਿਆ ਜੂੜਾ। ਹੁਣ ਜਿਹੜਾ ਚੌਥਾ ਲੜ ਆ ਉਸ 'ਚ ਵੀ ਆਪਾਂ ਨੇ ਉਸੇ ਤਰੀਕੇ ਨਾਲ ਵੱਟ ਕ੍ਰੀਏਟ ਕਰਨਾ ਜਿਵੇਂ ਪੱਗ ਵਿੱਚ ਕਰਦੇ ਹੁੰਦੇ ਹਾਂ, ਜਿਵੇਂ ਪਹਿਲਾਂ ਵੀ ਆਪਾਂ ਨੇ ਕੀਤੇ ਨੇ, ਪਹਿਲਾਂ ਲੜ ਹਲਕੇ ਹਲਕੇ ਕ੍ਰੀਏਟ ਕੀਤੇ, ਉਸ ਤੋਂ ਬਾਅਦ ਵੱਟਾਂ ਨੂੰ ਜਿਹੜਾ ਥੱਲੇ ਵੱਲੋਂ ਖਿੱਚਣਾ। ਹੁਣ ਤੁਸੀਂ ਦੇਖ ਸਕਦੇ ਵੱਟ ਜਿਹੜੇ ਜੜ ਵਿੱਚ ਕਰ ਰਹੇ ਹਾਂ ਆਪਾਂ, ਹੁਣ ਤੁਸੀਂ ਦੇਖ ਸਕਦੇ ਜੜ ਵਿੱਚ ਜਿਹੜੇ ਪੂਰੇ ਵੱਟ ਹੋ ਚੁੱਕੇ ਹਨ। ਹੁਣ ਆਪਾਂ ਹਲਕਾ ਜਿਹਾ ਪ੍ਰੈਸ ਕਰਨਾ, ਨਾਲ ਹੀ ਜਿਹੜੇ ਵੱਟ ਨੇ ਬਣ ਰਹੇ ਨੇ ਉਹਨਾਂ ਨੂੰ ਅੰਦਰ ਵੱਲ ਨੂੰ ਬਾਹਰ ਕੱਢ ਲੈਣਾ, ਜਿਹੜੇ ਵੱਟ ਲੁਕੇ ਹੋਏ ਨੇ ਸਿੰਪਲੀ ਆਪਾਂ ਨੇ ਰੜ ਜਿਹੜਾ ਰੱਖ ਲੈਣਾ। ਬੈਕ ਸਾਈਡ ਤੋਂ ਹਲਕਾ ਜਿਹਾ ਫੋਲਡ ਕਰ ਲਓ ਲੜ ਨੂੰ। ਅਤੇ ਪੂਣੀ ਹੈ ਜਿਹੜੀ ਪਰਨੇ ਦੀ, ਬਹੁਤ ਸਿੰਪਲ ਤਰੀਕੇ ਨਾਲ ਕੀਤੀ ਹੈ, ਪੂਣੀ ਦੀ ਵੀ ਅਸੀਂ ਵੀਡੀਓ ਜਲਦ ਹੀ ਲੈ ਕੇ ਆਵਾਂਗੇ। ਚੈਨਲ 'ਤੇ ਜ਼ਰੂਰ ਸਬਸਕ੍ਰਾਈਬ ਕਰ ਦਿਓ ਜਿਹੜੇ ਵੀ ਸਾਡਾ ਨਵਾਂ ਚੈਨਲ ਨਵਾਂ ਚੈਨਲ ਦੇਖ ਰਹੇ ਹਾਂ ਜਿਹੜੇ, ਕਿਉਂਕਿ ਅਸੀਂ ਜਲਦ ਹੀ ਪੂਣੀ ਦੀ ਵੀਡੀਓ ਲੈ ਕੇ ਆਵਾਂਗੇ ਅਤੇ ਹੋਰ ਵੀ ਜਿਹੜੇ ਟਰਮਨ ਦੇ ਰਿਲੇਟਡ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਹੁਣ ਜਿਹੜੇ ਵੱਟ ਨਹੀਂ ਬਣੇ ਉਹ ਆਪਾਂ ਬਣਾਵਾਂਗੇ, ਕਿਉਂਕਿ ਪਰਨਾ ਜਿਹੜਾ ਸੋਹਣਾ ਤਾਂ ਹੀ ਲੱਗੇਗਾ ਜੇ ਵੱਟ ਜ਼ਿਆਦਾ ਹੋਣਗੇ। ਬਾਕੀ ਇਹ ਪਰਨਾ ਤੁਸੀਂ ਦੇਖ ਸਕਦੇ ਹੋ 3.5 ਮਿੰਟ ਵਿੱਚ ਸਜਾਇਆ ਹੋਏਗਾ, ਅਤੇ ਤਾਂ ਵੀ ਤੁਹਾਨੂੰ ਮਤਲਬ ਬਿਲਕੁਲ ਵਧੀਆ ਤਰੀਕੇ ਨਾਲ ਸਜਾ ਕੇ ਦਿਖਾਏਗਾ। ਪੱਗ ਦੇ ਅਕੋਰਡਿੰਗ ਪਰਨਾ ਬਹੁਤ ਵਧੀਆ ਇਹ, ਜੇ ਵੀਰ ਚਾਹੁੰਦੇ ਆ ਕਿ ਜ਼ਿਆਦਾ ਟਾਈਮ ਨਹੀਂ ਲਗਾਉਣਾ, 3-4 ਮਿੰਟ ਬਹੁਤ ਹੈ, ਤਾਂ ਇਹ ਪਰਨਾ ਜ਼ਰੂਰ ਸਜਾਓ। ਦੇਖ ਸਕਦੇ ਤੁਸੀਂ ਸ਼ੇਪ ਕਿੰਨੀ ਵਧੀਆ ਆ ਰਹੀ ਆ। ਹੁਣ ਆਪਾਂ ਜਿਹੜਾ ਲਾਸਟ ਲੜ ਲਗਾਵਾਂਗੇ ਜਿਹੜਾ ਮਤਲਬ 5th ਲੜ ਹੈ, ਇਹ ਵੀ ਲੜ ਆਪਾਂ ਨੇ ਉਸ ਤਰੀਕੇ ਨਾਲ ਲਗਾਉਣਾ। ਇਸ ਵਿੱਚ ਆਪਾਂ ਨੇ ਕੋਈ ਵੱਟ ਨਹੀਂ ਕ੍ਰੀਏਟ ਕਰਨਾ, ਸਿੰਪਲੀ ਆਹ ਸਿੰਪਲ ਲੜ ਲਗਾਵਾਂਗੇ ਸਾਫ਼ ਕਰਕੇ ਥੋੜ੍ਹਾ ਜਿਹਾ। ਅਤੇ ਬਾਕੀ ਪਲੀਜ਼ ਵੀਰ ਜਿਹੜੇ ਵੀ ਵੀਡੀਓ ਦੇਖ ਰਹੇ ਨੇ, ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਵੀਰ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਵੀਰਾਂ ਤੱਕ ਜਿਹੜੇ ਦਸਤਾਰ ਸਿੱਖਣਾ ਚਾਹੁੰਦੇ ਨੇ। ਬਾਕੀ ਜਲਦ ਹੀ ਨੈਕਸਟ ਵੀਡੀਓ ਵਿੱਚ ਮਿਲਾਂਗੇ, ਨੈਕਸਟ ਵੀਡੀਓ ਜਿਵੇਂ ਤੁਹਾਨੂੰ ਡਿਮਾਂਡ ਕਰੋਗੇ ਉਵੇਂ ਲੈ ਕੇ ਆਵਾਂਗੇ। ਕਮੈਂਟ ਬੋਕਸ ਵਿੱਚ ਨਾਲ ਸੁਜੈਸ਼ਨ ਦੇ ਰਹੇ ਨੈਕਸਟ ਵੀਡੀਓ ਕਿਸ ਟੋਪਿਕ 'ਤੇ ਲੈ ਕੇ ਆਈਏ, ਅਸੀਂ ਉਸੇ ਟੋਪਿਕ 'ਤੇ ਲੈ ਕੇ ਆਵਾਂਗੇ। ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਆ, ਹੁਣ ਆਪਾਂ ਸੀਟ ਢੱਕ ਲੈਣਾ। ਬਾਕੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।